प्यारे बच्चों सत श्री अकाल जी बच्चों ਤੁਸੀਂ ਘਰ ਰਹਿੰਦੇ ਹੋਏ ਆਪਣਾ ਬਹੁਤ ਖਿਆਲ ਰੱਖਣਾ ਹੈ ਹੱਥ ਸਮੇ ਸਮੇਤ ਧੁੰਦੇ ਰਹਿਣਾ ਹੈ ਬਾਹਰ ਜਾਣਾ ਹੈ ਤੇ ਮਾਸਕ ਪਾਈ ਬਗੈਰ ਨਹੀਂ ਜਾਣਾ ਭੀੜ ਭਾਰ ਵਾਲੀਆਂ ਜਗ੍ਹਾ ਤੋਂ ਬਚ ਕੇ ਰਹਿਣਾ ਹੈ ਬੱਚਿਓ ਅੱਜ ਆਪਾਂ ਪੰਜਾਬੀ ਦੀ ਕਲਾਸ ਵਿੱਚ ਜਾਨਵਰਾਂ ਦੇ ਨਾਂ ਸਿੱਖਣ ਜਾ ਰਹੇ ਹਾਂ ਬੱਚਾ ਤੁਸੀਂ ਆਪਣੇ ਆਸ-ਪਾਸ ਬਹੁਤ ਤਰ੍ਹਾਂ ਦੇ ਜਾਨਵਰ ਵੇਖੇ ਹੋਣਗੇ ਕੁਝ ਤੁਸੀਂ ਚਿੜੀਆ ਕਾੜਚੇ ਵੀ ਕਦੀ ਸੈਰ ਕੀਤੀ ਹੈ ਉੱਥੇ ਵੀ ਦੇਖੇ ਹੋਣਗੇ ਤੇ ਬੱਚਿਓ ਹੁਣ ਆਪਾਂ ਇਹਨਾਂ ਦੇ ਨਾਂ ਪੜ੍ਹਦੇ ਹਾਂ ਪਹਿਲਾ ਹੈ ਸ਼ੇਰ ਸ਼ ਸ਼ ਨੂੰ ਲਾ ਰਾ ਰਾ ਸ਼ੇਰ ਹ ਹ ਨੂੰ ਕੰਨਾ ਥ ਥੇ ਨੂੰ ਬਿਹਾਰੀ ਹਾਥੀ ਬੈਲ ਬੱਬੇ ਨੂੰ ਦੁਲਾਵਾ ਲਲਾ ਬੈਲ ਬੱਬੇ ਨੂੰ ਕੰਨਾ ਬਿੰਦੀ ਦ ਦ ਰਾਰਾ ਬਾਂਦਰ ਕੱਗੇ ਨੂੰ ਹੋੜਾ ਡਾੜੇ ਨੂੰ ਕੰਨਾ ਘੋੜਾ ਬੱਬੇ ਨੂੰ ਸਿਆਰੀ ਲੱਲੇ ਨੂੰ ਬਿਆਰੀ ਉੱਤੇ ਟਿੱਪੀ ਬਿੱਲੀ ਕੱਕੇ ਨੂੰ ਔਂਕੜ ਪੈਰ ਦੇ ਵਿੱਚ ਤੇ ਉੱਤੇ ਅਦਕ ਤੱਤੇ ਨੂੰ ਕੰਨਾ ਕੁੱਤਾ ਖਖ ਖਰਾਰਾ ਗੱਗੇ ਨੂੰ ਹੋੜਾ ਸ਼ਸ਼ਾ ਖਰਗੋਸ਼ ਬੱਬੇ ਨੂੰ ਲਾ ਡੱਡਾ ਪੇੜ ਚੱਚੇ ਨੂੰ ਦੁਲੈਂਕੜ ਹਾਹੇ ਨੂੰ ਕੰਨਾ ਚੂਹਾ ਭੱਬੇ ਨੂੰ ਕੰਨਾ ਲੱਲੇ ਨੂੰ ਦੁਲੈਂਕੜ ਪਾਲੂ ਹਾਹੇ ਨੂੰ ਸਿਆਰੀ ਰਰਾ ਨਾਣਾ ਹਿਰਨ ਚੱਚੇ ਨੂੰ ਬਿਆਰੀ ਤੱਤਾ ਕੰਨਾ ਚੀਤਾ ਬੱਚੇ ਹੁਣ ਆਪਾਂ ਪੜਾਂਗੇ ਫਲਾਂ ਦੇ ਨਾਂ ਇਹਦੀ ਆਪਾਂ ਦੁਹਾਈ ਕਰ ਰਹੇ ਅੱਜ ਯਾਨੀ ਕਿ ਆਪਾਂ ਫਲਾਂ ਦੇ ਨਾਂ ਪਹਿਲੇ ਵੀ ਕਰ ਚੁੱਕੇ ਹਾਂ ਪਹਿਲਾ ਹੈ ਕੇਲਾ ਦੂਸਰਾ ਹੈ ਸੇਬ ਸੰਦਰਾ ਸਸੇ ਦੇ ਉੱਤੇ ਟਿੱਪੀ ਹੈ ਬੱਚਿਓ ਕੇਲਾ ਤੇ ਸੇਬ ਦੇ ਵਿੱਚ ਕਿਹੜੀ ਮਾਤਰਾ ਦਿੱਤੀ ਗਈ ਹੈ ਲਾਂ ਦੀ ਮਾਤਰਾ ਚੀਕੂ ਚੱਚੇ ਨੂੰ ਬਿਆਰੀ ਕੱਕੇ ਨੂੰ ਦੁਲੈਂਕੜ ਆੜੂ ਰੜੇ ਨੂੰ ਦੁਲੈਂਕੜ ਪਪੀਤਾ ਪੱਪੇ ਇੱਥੇ ਪੱਪੇ ਦੇ ਨਾਲ ਬਿਆਰੀ ਦੀ ਮਾਤਰਾ ਹੈ ਤੱਤੇ ਦੇ ਨਾਲ ਕੰਨਾ ਦੀ ਮਾਤਰਾ ਹੈ ਅਮਰੂਦ ਰਾਰੇ ਨੂੰ ਦੁਲੈਂਕੜ ਅਨਾਨਾਸ ਇਦੇ ਵਿੱਚ ਦੋਨੋਂ ਨੰਨਿਆਂ ਦੇ ਨਾਲ ਕੰਨਾ ਦੀ ਮਾਤਰਾ ਹੈ। ਆਂਬ ਐੜੇ ਦੇ ਉੱਤੇ ਟਿੱਪੀ। ਤਰਬੂਜ ਬੱਬੇ ਨੂੰ ਦੁਲੈਂਗੜ। ਲੀਚੀ ਲੱਲੇ ਨੂੰ ਬਿਆਰੀ ਚੱਚੇ ਨੂੰ ਬਿਆਰੀ ਲੀਚੀ। ਬੱਚਿਓ ਇਹ ਹੋਏ ਫਲਾਂ ਦੇ ਨਾਂ ਤੁਸੀਂ ਬੱਚਿਓ ਆਪਣੀ ਕਾਪੀ ਦੇ ਵਿੱਚ ਲਿਖਨੇ ਹਨ ਅਭਿਆਸ ਕਰਨਾ ਹੈ ਤੇ ਬੱਚਿਓ ਹੁਣ ਤੁਸੀਂ ਆਪਣਾ ਸਾਰਾ ਕੰਮ ਪਿਛਲਾ ਕੰਪਲੀਟ ਕਰਨਾ ਹੈ ਸੱਚੀ ਰੀਕਾਲ ਪਿਆਰੇ ਬੱਚਿਓ